والصلاه والسلام علیک یا رسول اللہ ولا علیک و صحابک یا حبیب اللہ۔ دوستو، میرے ساتھ میرے محترم عزت ماب بڑے بھائی جناب ماجد لطیف بٹ صاحب، اور میں ان سے گزارش کرتا ہوں کہ وہ چند اشعار حضرت سلطان باہو رحمۃ اللہ لے کے ہمیں سنائیں اور ہمارے قلوب و ذہن کو منور فرمائیں۔ جناب ماجد لطیف بٹ صاحب، الف اللہ چمبے دی بوٹی میرے من مرشد وچ لائی، جیوے مرشد کامل باہو، جس نے بوٹی لا نفیس بات دا پانی ملے آ ہر رگے ہر جا نام سے نا پا چھٹا کی تین پوری سرسا نام تو لا تام ماشا تے ہن گل رتیاں تے آ یا حبیب اللہ۔ جناب محترم بٹ صاحب، جناب حضور نبی پاک صلی اللہ علیہ وسلم کی بارگاہ رسالت ماب میں ہدیہ نعت پیش کرتے ہیں، آئیں دوستوں سماعت فرماتے ہیں۔ جناب بٹ صاحب، لگیاں نے موجاں ہن
ਲਈ ਰੱਖੀ ਸੋਹਣਿਆ ਲੱਗੀਆਂ ਨੇ ਮੌਜਾਂ ਹੁਣ ਲਈ ਰੱਖੀ ਸੋਹਣਿਆ ਚੰਗੇ ਹਾਂ ਕਿ ਮੰਦੇ ਹਾਂ ਚੰਗੇ ਹਾਂ ਕਿ ਮੰਦੇ ਹਾਂ ਨਿਭਾਈ ਰੱਖੀ ਸੋਹਣਿਆ ਉਹ ਲੱਗੀਆਂ ਨੇ ਮੌਜਾਂ ਆਕਾ ਦੇ ਗੁਲਾਮਾਂ ਦਾ ਮੈਂ ਅਦਨਾ ਗੁਲਾਮਾਂ ਉਹ ਲੋਕੀ ਕਹਿੰਦੇ ਹਾਸ ਮੈਂ ਤੇ ਹਮਾਂ ਚੋਂਦੀਆਂ ਲੋਕੀ ਕਹਿੰਦੇ ਹਾਸ ਮੈਂ ਤੇ ਹਮਾਂ ਚੋਂਬੀਆਂ ਪਰਦਾ ਜੇ ਪਾਇਆ ਕੀਤੇ ਪਾਈ ਰੱਖੀ ਸੋਹਣਿਆ ਉਹ ਚੰਗੇ ਹਾਂ ਕਿ ਮੰਦੇ ਨਿਭਾਈ ਰੱਖੀ ਸੋਹਣਿਆ ਲੱਗੀਆਂ ਨੇ ਮੌਜਾਂ ਕਿਸੇ ਨੂੰ ਮੈਂ ਆਪਣਾ ਦੁਖੜਾ ਕਿਸੇ ਮੈਨੂੰ ਸੀਨੇ ਨਾਲ ਲਾਇਆ ਨਹੀਂ ਤੇਰੇ ਬਾਜੋਂ ਕਿਸੇ ਮੈਨੂੰ ਸੀਨੇ ਨਾਲ ਲਾਇਆ ਨਹੀਂ ਸੀਨੇ ਨਾਲ ਲਾਇਆ ਤੇ ਲਾਈ ਰੱਖੀ ਸੋਹਣਿਆ ਸੀਨੇ ਨਾਲ ਲਾਇਆ ਤੇ ਲਾਈ ਰੱਖੀ ਸੋਹਣਿਆ ਚੰਗਿਆਂ ਕਿ ਮੰਦਿਆਂ ਨਿਭਾਈ ਰੱਖੀ ਸੋਹਣਿਆ ਉਹ ਲੱਗੀਆਂ ਹਸ਼ਰ ਦੇ ਹਾਲੇ ਜਦ ਅਮਲਾਂ ਨੂੰ ਤੋਲਣਾ ਸ਼ਰਮਾ ਦੇ ਮਾਰੇ ਮੈਂ ਤੇ ਕੁਝ ਵੀ ਨਹੀਂ ਬੋਲਣਾ ਸ਼ਰ ਕੁਝ ਵੀ ਨਹੀਂ ਬੋਲਣਾ ਦਮਨ ਚ ਆਪਣੇ ਛੁਪਾਈ ਰੱਖੀ ਸੋਹਣਿਆ ਉਹ ਦਮਨ ਚ ਆਪਣੇ ਛੁਪਾਈ ਰੱਖੀ ਸੋਹਣਿਆ ਚੰਗਿਆਂ ਕਿ ਮੰਦੇ ਹਾਂ ਚੰਗਿਆਂ ਕਿ ਮੰਦੇ ਹਾਂ ਨਿਭਾਈ ਰੱਖੀ ਸੋ
ਸੋਹਣਿਆਂ ਹੋ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆਂ ਹੋ ਲੱਗੀਆਂ ਨੇ ਮੌਜਾਂ ਸੁਭਾਨ ਅੱਲਾਹ ਮਾਸ਼ਾ ਫਿਰ ਪੂਰੇ ਹੋ ਸੀ ਤੇ ਜਦੋਂ ਹੋ ਸੀ ਫਜ਼ਲ